ਫਾਜ਼ਿਲਕਾ ਦੀ ਨਵੀਂ ਨਾਜ ਮੰਡੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ SOI ਦੀ ਮੀਟਿੰਗ ਹੋਈ ਸੰਪੰਨ। ਫਾਜ਼ਿਲਕਾ ਤੋਂ ਸਪਤਰਿਸ਼ੀ ਪ੍ਰਧਾਨ ਨਿਯੁਕਤ। ਫਾਜ਼ਿਲਕਾ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ SOI ਦੀ ਇੱਕ ਮੀਟਿੰਗ ਸੰਪੰਨ ਹੋਈ, ਜਿਸ ਦੇ ਵਿੱਚ SOI ਦੇ ਜ਼ੋਨ ਇੰਚਾਰਜ ਪ੍ਰਭਜੀਤ ਸਿੰਘ ਪਹੁੰਚੇ, ਜਿਨ੍ਹਾਂ ਵੱਲੋਂ ਫਾਜ਼ਿਲਕਾ ਤੋਂ ਸਪਤਰਿਸ਼ੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਪਵਨ ਕੁਮਾਰ ਨੂੰ ਵੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਪਹੁੰਚੇ ਜ਼ੋਨ ਇੰਚਾਰਜ ਪ੍ਰਭਜੀਤ ਸਿੰਘ ਦਾ ਸਵਾਗਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਸ ਮੌਕੇ 'ਤੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੰਸਰਾਜ ਜੋਸਨ ਵੱਲੋਂ ਵੀ SOI ਦੇ ਨਵੇਂ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਨਿਯੁਕਤੀ 'ਤੇ ਵਧਾਈਆਂ ਵੀ ਦਿੱਤੀਆਂ ਗਈਆਂ। ਬਾਈ ਜੀ, ਜਿਵੇਂ ਕਿ ਤੁਹਾਨੂੰ ਪਤਾ, ਜਿਹੜਾ ਯੂਥ ਹੈ, ਯੂਥ ਇੱਕ ਰਾਜਨੀਤੀ ਦੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਸੋ ਉਹਦੇ ਅਕੋਰਡਿੰਗਲੀ ਅਸੀਂ ਰਾਜਨੀਤੀ ਦੇ ਨਾਲ ਇੱਕ ਸਟੂਡੈਂਟ ਵਿੰਗ ਹੈਗਾ ਜੀ ਸਾਡੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ SOI, ਅਤੇ ਅਸੀਂ ਮਤਲਬ ਜੋਸਨ ਸਾਹਿਬ ਦੀ ਅਗਵਾਈ ਦੇ ਹੇਠ ਅਸੀਂ ਅੱਜ ਹਲਕਾ ਇੰਚਾਰਜ ਫਾਜ਼ਿਲਕਾ ਦਾ ਪ੍ਰਧਾਨ ਅਨਾਊਂਸ ਕਰਨ ਆਏ ਹਾਂ ਜੀ ਸਪਤਰਿਸ਼ੀ ਜੀ ਨੂੰ। ਉਹਦੇ ਅਕੋਰਡਿੰਗਲੀ ਅਸੀਂ ਅੱਜ ਪ੍ਰਧਾਨ ਅਨਾਊਂਸ ਕੀਤਾ, ਸਾਡੇ ਵਾਈਸ ਪ੍ਰਧਾਨ ਪਵਨ ਜੀ ਨੇ ਇੱਕ ਟੀਮ ਬਣਾਉਣ ਆਏ ਕਿ ਆਉਣ ਵਾਲੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਸਾਡਾ ਜਿਹੜਾ ਯੂਥ ਹੈ ਇਹਨਾਂ ਦਾ ਪੂਰਾ ਸਾਥ ਦੇਣ, ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ। ਕਿਹਨਾਂ ਨੂੰ ਚੁਣਿਆ ਗਿਆ? ਸਾਡੇ ਜਿਹੜੇ ਹਲਕਾ ਇੰਚਾਰਜ ਨੇ ਸਪਤਰਿਸ਼ੀ ਜੀ ਨੇ, ਅਤੇ ਜਿਹੜੇ ਸਾਡੇ ਵਾਈਸ ਪ੍ਰਧਾਨ ਨੇ ਉਹ ਪਵਨ ਜੀ ਨੇ। ਕੀ ਕੰਮ ਰਹਿਣਗੇ ਹੁਣ ਅਗਲੇ ਮੁੱਢਲੀ ਜਿਹੜੀ ਕੰਮ ਦੀ ਗੱਲ ਕਰੀਏ ਤਾਂ ਮੁੱਢਲੇ ਕੰਮ ਕਿਹੜੇ ਰਹਿਣਗੇ ਜਿਹੜੇ ਚੁਣੇ ਗਏ ਨੇ ਜੀ? ਬਾਈ ਜੀ, ਸਾਡੇ ਜਿਹੜੇ ਮੁੱਢਲੇ ਕੰਮ ਕੀ ਹੁੰਦਾ, ਸਟੂਡੈਂਟ ਦੇ ਰਾਈਟਸ ਕੀ ਹੁੰਦੇ ਨੇ, ਸਟੱਡੀ ਹੋ ਗਈ, ਸਾਡਾ ਸ਼ਹਿਰ ਦਾ ਐਟਮੋਸਫੀਅਰ, ਕਾਲਜ ਦਾ ਐਟਮੋਸਫੀਅਰ, ਜਿਹੜੀਆਂ ਨੀਡਸ ਹੁੰਦੀਆਂ ਨੇ ਅਸੀਂ ਉਹਦੇ ਅਕੋਰਡਿੰਗਲੀ ਕੰਮ ਕਰਾਂਗੇ। ਬਾਕੀ ਅਸੀਂ ਕੰਮ ਉਦੋਂ ਹੱਕ ਨਾਲ ਕਹਿ ਸਕਦੇ ਹਾਂ ਕਿ ਜਦੋਂ ਇੱਕ ਸੂਬੇ ਵਿੱਚ ਸਾਡੀ ਸਰਕਾਰ ਹੋਵੇ, ਸਾਨੂੰ ਸਰਕਾਰ ਤੋਂ ਫੰਡ ਲੈਣ ਜਾਂ ਸਾਡੇ ਹੱਕ ਪਹੁੰਚਾਉਣ ਦੀ ਸਾਨੂੰ ਤਾਂ ਈਜ਼ੀ ਹੋ ਜਾਂਦਾ ਕਿ ਸਾਡੇ ਸ਼ਹਿਰ ਦੇ ਨੁਮਾਇੰਦੇ ਜਿੱਤੇ ਹੋਣ ਦਾ ਇਹਨਾਂ ਨਾਲ ਜਿਤਾਉਣ ਦਾ ਅਸੀਂ ਹੁਣ ਮਹੱਤਵਪੂਰਨ ਆਉਂਦਾ ਸਾਥ ਦੇਵਾਂ। ਫਾਜ਼ਿਲਕਾ ਦੇ ਵਿੱਚ ਸਭ ਤੋਂ ਪੁਰਾਣਾ ਕਾਲਜ ਹੈ, ਅੱਜ ਬੜੀ ਮਾੜੀ ਸਥਿਤੀ ਦੇ ਅੰਦਰ ਹੈਗਾ, ਅਤੇ ਕੀ ਕਦਮ ਰਹਿਣਗੇ ਜੀ ਆਉਣ ਵਾਲੇ? ਬਾਈ ਜੀ, ਜਿਵੇਂ ਕਿ ਹੁਣ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਫਾਜ਼ਿਲਕਾ ਦਾ ਸਭ ਤੋਂ ਪੁਰਾਣਾ ਕਾਲਜ ਹੈ ਉਹਦਾ ਇਨਫਰਾਸਟ੍ਰਕਚਰ ਸਾਰਾ ਕੁਛ ਵੀ ਹੈ ਨਹੀਂ ਗਾ, ਉੱਥੇ ਕੋਈ ਲਾਜ ਨਹੀਂ ਹੈਗਾ, ਕੁਛ ਨਹੀਂ ਹੈਗਾ। ਸਾਡੀ ਸਭ ਤੋਂ ਪਹਿਲਾਂ ਇਹੀ ਹੈ ਕਿ ਜਦੋਂ ਵੀ ਸਾਡੀ ਕੋਈ ਸਰਕਾਰ ਆਉਂਦੀ ਹੈ, ਰੱਬ ਇਨਸ਼ਾਅੱਲਾ ਕਿ ਅਸੀਂ ਸਾਡੀ ਬਾਈ 'ਚ ਸਰਕਾਰ ਬਣੇ, ਅਸੀਂ ਜਿੰਨੇ ਵੀ ਨੀਡਸ ਨੇ ਕਾਲਜ ਦੇ ਉਹਨੂੰ ਫੰਡਸ ਦੇ ਕੇ ਉਹਨੂੰ ਅਸੀਂ ਪੂਰਾ ਪਿਓਰੀਫਾਈ ਕਰਾਂਗੇ। ਥੈਂਕ ਯੂ। ਕੀ ਲੱਗਦਾ ਕਿ ਯੂਥ ਅਗਾਂਹ ਵੱਧਦਾ ਪਿਆ, ਤੁਹਾਡੀ ਪਾਰਟੀ ਦਾ ਮਾਣ ਫੜੀ ਅੱਗੇ ਆ ਰਿਹਾ ਜੀ, ਅਤੇ ਆਉਣ ਵਾਲੇ ਇਲੈਕਸ਼ਨ 'ਚ ਕਿੰਨਾ ਕੁ ਯੋਗਦਾਨ ਪਾਊਗਾ ਇਹ? ਮੈਂ ਜੋ ਮਹਿਸੂਸ ਕਰਨਾ ਅਤੇ ਜੋ ਪ੍ਰੈਕਟੀਕਲ ਤੌਰ 'ਤੇ ਪੁਰਾਣੇ ਸਮੇਂ ਦੇ ਵਿੱਚ ਦੇਖਿਆ, ਕਿਉਂਕਿ ਯੂਥ ਦੇ ਵਿੱਚ ਐਡੀ ਵੱਡੀ ਤਾਕਤ ਹੈ, ਜੇ ਠੀਕ ਤਰੀਕੇ ਦੇ ਨਾਲ ਇਹ ਆਪਣੇ ਆਪ ਨੂੰ ਉਹਦੀ ਤਾਕਤ ਨੂੰ ਚੈਨਲਾਈਜ਼ ਕਰ ਲੈ, ਅਤੇ ਜਿੰਨੀਆਂ ਜਿਹੜੀਆਂ ਪਰਿਵਰਤਨ ਹੁੰਦੇ ਨੇ, ਚਾਹੇ ਰਾਜਨੀਤੀ ਦੇ ਵਿੱਚ ਹੁੰਦੇ ਨੇ ਚਾਹੇ ਸਮਾਜ ਦੇ ਵਿੱਚ ਹੁੰਦੇ ਨੇ, ਉਹ ਸਾਰੇ ਉਹਦੇ 'ਚ ਯੂਥ ਸਭ ਤੋਂ ਵੱਡੀ ਅਹਿਮ ਭੂਮਿਕਾ ਨਿਭਾਉਂਦੀ। ਅਤੇ ਜੋ ਸਾਡੇ ਸਟੇਟ ਦੇ ਇੰਚਾਰਜ ਸਾਹਿਬ ਆਏ ਨੇ, ਮੈਂ ਇਹਨਾਂ ਦਾ ਧੰਨਵਾਦ ਕਰਨਾ, ਅਤੇ ਖਾਸ ਤੌਰ 'ਤੇ ਜੋ ਸ਼ਕਤਰਿਸ਼ੀ ਜੀ ਅਤੇ ਪਵਨ ਜੀ ਜੋ ਸਾਡੇ ਇੱਥੋਂ ਦੇ ਇੰਚਾਰਜ ਬਣੇ ਨੇ, ਕਿਉਂਕਿ ਮੈਂ ਉੱਥੇ ਉਹਨਾਂ ਨੂੰ ਕਹਿ ਕੇ ਆਇਆ ਸੀ, ਅਜੇ ਅਸੀਂ ਸਪਤਰਿਸ਼ੀ ਹੋਰਾਂ ਨੂੰ ਸਟੇਟ ਦੀ ਬਾਡੀ ਦੇ ਵਿੱਚ ਵੀ ਉਹਦੇ 'ਚ ਜਨਰਲ ਸੈਕਟਰੀ ਇਹਦੇ ਵਾਸਤੇ ਵਿਵਸਥਾ ਕੀਤੀ, ਪਰ ਇਹ ਸਿਰਫ ਅਤੇ ਸਿਰਫ ਇਹ ਸਾਰੇ ਦੇਖਣਗੇ ਫਾਜ਼ਿਲਕਾ ਇਲਾਕੇ ਨੂੰ। ਮੈਂ ਮੁਬਾਰਕਬਾਦ ਵੀ ਇਹਨਾਂ ਨੂੰ ਦੇਣੀ ਚਾਹੁੰਦਾ, ਅਤੇ ਨਾਲ ਆਉਣ ਵਾਲੇ ਸਮੇਂ ਜੋ ਸਾਡੀ ਸਟੇਟ ਦੇ ਜੋ ਨੁਮਾਇੰਦੇ ਨੇ ਜੋ ਇਹਨਾਂ ਨੇ ਗੱਲ ਕੀਤੀ, ਕਿਉਂਕਿ ਜਦੋਂ ਆਉਣ ਵਾਲੇ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਅਗਵਾਈ ਦੇ ਥੱਲੇ ਸਾਰਾ ਸ਼੍ਰੋਮਣੀ ਅਕਾਲੀ ਦਲ ਕੰਮ ਕਰ ਰਿਹਾ, ਅਤੇ ਇੱਕ ਇਹੋ ਜਿਹਾ ਹਾਲਾਤ ਬਣੇ ਨੇ ਸਾਰੇ ਪੰਜਾਬ ਦੇ ਵਿੱਚ, ਅੱਜ ਸਿਰਫ ਅਤੇ ਸਿਰਫ ਉਮੀਦਾਂ ਨੇ ਬਾਦਲ ਫੈਮਿਲੀ ਤੋਂ ਪੰਜਾਬ ਦੇ ਲੋਕਾਂ ਨੂੰ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਇਹ ਸੰਭਾਲ ਸਕਦਾ ਅਤੇ ਪੰਜਾਬ ਨੂੰ ਠੀਕ ਦਿਸ਼ਾ ਦੇ ਵੱਲ ਲਿਜਾ ਸਕਦਾ। ਤੋ ਮੈਂ ਜੋ ਮਹਿਸੂਸ ਕਰਨਾ ਕਿ ਉਹਦੇ 'ਚ ਬਹੁਤ ਵੱਡੀ ਜੋ SOI ਆਪਣੀ ਭੂਮਿਕਾ ਨਿਭਾਏਗੀ, ਅਤੇ ਫਾਜ਼ਿਲਕਾ ਦੇ ਵਿੱਚ ਜਿੰਨੇ ਆ ਮੇਰੇ ਸਾਰੇ ਸਿੰਮੀ ਜੀ, ਜਿੰਨੇ ਸਾਰੇ ਸਤਿਕਾਰਯੋਗ ਅਨੇਜਾ ਜੀ ਆਏ ਨੇ, ਜਿੰਨੇ ਸਤਿਕਾਰਯੋਗ ਸਾਡੇ ਹੋਰ ਜਿੰਨੇ ਬੈਠੇ ਨੇ ਨਾਨੀ ਜੀ, ਇਹ ਸਾਰੇ ਅਸੀਂ ਰਲ ਕੇ ਸਾਡੇ ਬੈਠੇ ਨੇ ਆਪਣੇ ਬੱਬੀ ਜੀ ਬਰਾੜ ਸਾਹਿਬ, ਅਸੀਂ ਸਾਰੇ ਰਲ ਕੇ ਨੌਜਵਾਨਾਂ ਦੀ ਜੋ ਇਹਨਾਂ ਦੀ ਸਹਾਇਤਾ ਦੇ ਨਾਲ ਜਿੱਥੇ ਸਾਡੀ ਲੋੜ ਹੋਏਗੀ ਇਹ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਕੰਮ ਕਰਨਗੇ, ਔਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਨਗੇ, ਔਰ ਜੋ ਆਉਣ ਵਾਲੀ ਸਾਡੀ ਇੱਥੇ ਫਿਊਚਰ ਹੈ, ਪੰਜਾਬ ਦਾ ਫਿਊਚਰ ਹੈ, ਉਹਦੇ ਸਾਰੇ ਵਾਸਤੇ SOI ਬੜਾ ਤਗੜਾ ਹੋ ਕੇ ਕੰਮ ਕਰੇਗੀ, ਔਰ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਵਾਂਗੇ।